ਪਿੰਡਾਂ ਦੇ ਵਿੱਚੋਂ ਨਵੀਆਂ ਬਿਊਟੀਜ਼ ਦੇਖਣ ਨੂੰ ਮਿਲਣਗੀਆਂ ਆਮ ਵੈਰੀ ਐਕਸਾਈਟਿਡ ਫੋਰ ਦ ਇਵੈਂਟ ਜੀ ਸੋ ਮੈਮ ਅਸੀਂ ਦੇਖ ਰਹੇ ਹਾਂ ਕਿ ਬੜੀਆਂ ਸੋਹਣੀਆਂ ਮੁਟਿਆਰਾਂ ਆਈਆਂ ਨੇ ਬੜੇ ਸੋਹਣੇ ਟਿੱਕੇ ਲਾ ਕੇ ਔਰ ਬੜੀ ਸੋਹਣੀ ਡਰੈਸਸ ਪਾ ਕੇ ਤਾਂ ਤੁਹਾਨੂੰ ਕੌਣ ਕੀ ਲੱਗਦਾ ਹੈ ਕਿ ਕੌਣ ਆਪਣੀ ਮਿਸ ਬਠਿੰਡਾ 2019 ਹੋਏਗੀ ਇਸ ਪੁਆਇੰਟ 'ਤੇ ਜੱਜ ਕਰਨਾ ਬਹੁਤ ਮੁਸ਼ਕਿਲ ਹੈ ਕਿਉਂਕਿ ਇਹ ਆਪਾਂ ਹੁਣ ਇੱਕ ਸਰਫੇਸ ਲੈਵਲ ਦੀ ਬਿਊਟੀ ਦੇਖ ਰਹੇ ਹਾਂ ਫਿਰ ਆਪਾਂ ਇੱਕ ਟੈਲੈਂਟ ਰਾਊਂਡ ਦੇਖਾਂਗੇ ਇਹ ਕੁਐਸਚਨ ਆਨਸਰ ਰਾਊਂਡ ਹੋਊਗਾ ਜਿੱਥੇ ਉਹਨਾਂ ਦੀ ਇਨਰ ਬਿਊਟੀ ਜੱਜ ਹੋਊਗੀ I cannot judge anything right now, but I'm excited. So, thank you so much, ma'am. Aao ji, hum dusri mulaqat karte hain Mrs. Punjab 2018 finalist Mrs. Amarjit Kaur ji naal. Sat Sri Akaal, ma'am. Sat Sri Akaal. So, ma'am, aaj tusi itthe aaye ho sade Mrs. Bathinda 2019 de show de vich, ta tuhanu kidda da mehsoos ho reha? Bahut acha te bahut hi vadhiya mehsoos ho reha ji ki ਇਵੈਂਟ ਦੇ ਵਿੱਚ ਆਈ ਹਾਂ ਅਤੇ ਇਹਦੇ ਵਿੱਚ ਮੈਂ ਲਾਸਟ ਈਅਰ ਪਾਰਟੀ ਵਿੱਚ ਬਹੁਤ ਆਪਣੇ ਆਪ ਨੂੰ ਮੀਨਸ ਆਪਣੇ ਆਪ ਨੂੰ ਬਹੁਤ ਹੀ ਜ਼ਿਆਦਾ ਅੱਛਾ ਮਹਿਸੂਸ ਕਰਦੀ ਠੀਕ ਹੈ ਮੈਮ ਸੋ ਮੈਮ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੀ ਆਪਣੀ ਕੁੜੀ ਹੋਏਗੀ ਜਿਹੜੀ ਮਿਸਿਸ ਬਠਿੰਡਾ 2019 ਚੁਣੀ ਜਾਏਗੀ ਦੇਖੋ ਜੀ ਇੱਦਾਂ ਤਾਂ ਆਪਾਂ ਜੱਜ ਨਹੀਂ ਕਰ ਸਕਦੇ ਕਿ 2019 ਨੂੰ ਮਿਸਿਸ ਬਠਿੰਡਾ ਕੌਣ ਚੁਣੀ ਜਾਏਗੀ ਇਹ ਤਾਂ ਰਾਊਂਡਸ ਦੇ ਅਕੋਰਡਿੰਗ ਵੀ ਆਪਾਂ ਕਰ ਸਕਦੇ ਹਾਂ ਸੋ ਆਓ ਹੁਣ ਆਪਾਂ ਚੱਲਦੇ ਹਾਂ ਉਹਨਾਂ ਪਾਰਟੀਸਪੇਟਡ ਕੋਲ ਦੇਖਦੇ ਹਾਂ ਕਿੰਨਾ ਕੁ ਉਤਸ਼ਾਹ ਹੈ ਉਹਨਾਂ ਦੇ ਅੰਦਰ ਆਓ ਜੀ ਹੈਲੋ ਮੈਮ ਸੋ ਮੈਮ ਤੁਹਾਡਾ ਸ਼ੁਭ ਨਾਮ ਰਿਮੀ ਹਾਡਾ ਜੀ ਰਿਮੀ ਹਾਡਾ ਜੀ ਤੁਸੀਂ ਅੱਜ ਇੱਥੇ ਮਿਸਿਸ ਬਠਿੰਡਾ 2019 ਦੇ ਪਲੇਟਫਾਰਮ 'ਤੇ ਆਏ ਹੋ ਕਿੱਦਾਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ ਜਸਟ ਮੈਂ ਥੈਂਕਸ ਕਰਦੀ ਹਾਂ ਕਿ ਉਹਨਾਂ ਨੇ ਮੈਰਿਟ ਲੇਡੀਜ਼ ਲਈ ਵੀ ਇੱਕ ਪਲੈਟਫਾਰਮ ਰੱਖਿਆ ਜਿੱਥੇ ਅਸੀਂ ਆ ਕੇ ਆਪਣਾ ਟੈਲੈਂਟ ਥੈਂਕ ਯੂ ਸੋ ਮੱਚ ਮੈਮ ਸੋ ਮੈਮ ਤੁਹਾਡਾ ਗੁੱਡ ਨਾਈਟ ਹਰਸਿਮਰਨਜੀਤ ਜੀ ਤੁਸੀਂ ਕੀ ਕਰਦੇ ਹੋ ਮੈਂ ਟੀਚਰ ਹਾਂ ਔਰ ਮੈਂ ਪ੍ਰਾਈਮਰੀ ਟੀਚਰ ਮਤਲਬ ਮਾਊਂਟ ਲਿਟਰਸੀ ਸਕੂਲ ਦੇ ਵਿੱਚ ਟੀਚਿੰਗ ਕਰਦੀ ਹਾਂ ਵਾਹ ਗ੍ਰੇਟ ਤੁਸੀਂ ਸਾਡੇ ਵਿਚਕਾਰ ਅੱਜ ਟੀਚਰ ਵੀ ਆਏ ਹੋਏ ਨੇ ਸੋ ਮੈਮ ਬਠਿੰਡਾ ਦੇ ਵਿੱਚ ਤੁਹਾਨੂੰ ਇੰਨਾ ਵਧੀਆ ਪਲੇਟਫਾਰਮ ਮਿਲਿਆ ਤਾਂ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ ਉੱਚੀ ਵਾਲੀ ਹਵਾ ਜਿਹੜੀ ਹੁੰਦੀ ਹੈ ਨਾ ਇੱਕ ਉੱਪਰਲੀ ਸਟੇਜ 'ਤੇ ਖੜ੍ਹੇ ਨਜ਼ਰ ਆ ਰਹੇ ਹਾਂ ਅਸੀਂ ਆਪਣੇ ਆਪ ਕਿਉਂਕਿ ਇੱਕ ਛੋਟੇ ਸ਼ਹਿਰ ਬਠਿੰਡਾ ਅਸੀਂ ਵੱਡੇ ਸ਼ਹਿਰਾਂ ਦੇ ਵਿੱਚ ਨਹੀਂ ਗਿਣਦੇ ਹਾਂ ਹੈ ਨਾ ਇੱਕ ਛੋਟੇ ਸ਼ਹਿਰ ਦੇ ਵਿੱਚ ਹੋ ਕੇ ਇੱਕ ਇੰਨਾ ਅੱਛਾ ਪਲੇਟਫਾਰਮ ਮੈਂ 9 to 9 ਐਂਟਰਟੇਨਮੈਂਟ ਦਾ ਸਭ ਤੋਂ ਪਹਿਲਾਂ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਨੂੰ ਇਸ ਲੈਵਲ 'ਤੇ ਪਹੁੰਚਾਇਆ ਅਦਰਵਾਈਜ਼ ਮੈਰਿਡ ਵੂਮੈਨ ਘਰ ਤੋਂ ਖਾਣਾ ਖਾਣੇ ਤੋਂ ਸਕੂਲ ਸਕੂਲ ਤੋਂ ਘਰ ਬਸ ਇਸੇ ਜੋਗੇ ਰਹਿ ਜਾਂਦੇ ਆ ਲੇਕਿਨ ਅੱਜ ਦਾ ਟਾਈਮ ਅਸੀਂ ਦੇਖੀਏ ਤਾਂ ਇੱਕਦਮ ਅਸੀਂ ਆਪਦਾ ਟੈਲੈਂਟ ਦਿਖਾਉਣ ਲਈ ਇੱਥੇ ਪਹੁੰਚ ਗਏ ਬਿਲਕੁਲ ਥੈਂਕ ਯੂ ਸੋ ਮੱਚ ਮੈਮ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਮੈਮ ਤੁਹਾਡਾ ਜਗਮੀਤ ਕੌਰ ਸਿੱਧੂ ਜਗਮੀਤ ਕੌਰ ਸਿੱਧੂ ਜੀ ਹਾਂਜੀ ਮਿਸਿਸ ਸਿੱਧੂ ਜੀ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਇੱਥੇ ਇਸ ਪਲੇਟਫਾਰਮ 'ਤੇ ਪਹੁੰਚ ਕੇ ਬਹੁਤ ਖੁਸ਼ੀ ਵੀ ਹੋ ਰਹੀ ਹੈ ਬਹੁਤ ਮਾਣ ਵੀ ਮਹਿਸੂਸ ਹੋ ਰਿਹਾ ਕਿ ਅਸੀਂ ਘਰ ਤੋਂ ਆਏ ਹਾਂ ਸਿੱਧੇ ਆਪਣਾ ਮਤਲਬ ਇੱਕ ਘਰ ਵਾਲੀ ਲਾਈਫ ਅਤੇ ਇੱਕ ਜੋਬ ਵਾਲੀ ਲਾਈਫ ਤਾਂ ਹੁਣ ਤੱਕ ਦੇਖੀ ਸੀ ਅਤੇ ਥੋੜ੍ਹਾ ਜਿਹਾ ਗਲੈਮਰਸ ਪਾਰਟ ਵੀ ਦੇਖ ਲਈ ਲਾਈਫ ਦਾ ਜੀ ਜ਼ਰੂਰ ਬਹੁਤ ਵਧੀਆ ਜੀ ਤੁਹਾਡੇ ਲਈ ਵੀ ਬਹੁਤ ਬਹੁਤ ਅਸੀਂ ਬੈਸਟ ਵਿਸ਼ਿਸ ਦਿੰਦੇ ਹਾਂ ਥੈਂਕ ਯੂ ਸੋ ਮੱਚ ਮੈਮ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਮੈਮ ਤੁਹਾਡਾ ਸ਼ੁਭ ਨਾਮ ਪੂਜਾ ਚਗਾਇਆ ਜੀ ਪੂਜਾ ਜੀ ਹਾਂਜੀ ਪੂਜਾ ਜੀ ਤੁਸੀਂ ਅੱਜ ਇੱਥੇ ਇਕੱਲੇ ਆਏ ਹੋ ਜਾਂ ਤੁਹਾਡੇ ਨਾਲ ਕੋਈ ਮੇਰੇ ਨਾਲ ਮੇਰੇ ਹਸਬੈਂਡ ਨਾਲ ਆਏ ਹਾਂ ਹਸਬੈਂਡ ਨਾਲ ਆਏ ਜੀ ਸਤਿ ਸ਼੍ਰੀ ਅਕਾਲ ਸਰ ਸੋ ਸਰ ਤੁਸੀਂ ਮੈਮ ਦਾ ਹੌਸਲਾ ਵਧਾਉਣ ਲਈ ਤੁਸੀਂ ਮੈਮ ਦੇ ਅੱਜ ਨਾਲ ਆਏ ਹੋ ਸੋ ਸਰ ਮੈਂ ਇੱਕ ਕੁਐਸਚਨ ਆ ਮੇਰੇ ਕੋਲ ਇੱਕ ਛੋਟਾ ਜਿਹਾ ਜਿਹੜੇ ਹਸਬੈਂਡ ਅੱਜ ਆਪਣੇ ਜਿੰਨੀਆਂ ਵੀ ਫੀਮੇਲਸ ਨੇ ਉਹਨਾਂ ਨੂੰ ਮਨਾ ਕੀਤਾ ਹੈ ਕਿ ਨਹੀਂ ਤੁਸੀਂ ਅੱਜ ਉੱਥੇ ਨਹੀਂ ਜਾਣਾ ਹੈਗਾ ਉਹ ਜਾਣਾ ਚਾਹੁੰਦੀਆਂ ਸੀ ਠੀਕ ਹੈ ਜੀ ਤਾਂ ਤੁਸੀਂ ਉਹਨਾਂ ਲਈ ਇੱਕ ਛੋਟਾ ਜਿਹਾ ਮੈਸੇਜ ਕੀ ਦੇਣਾ ਚਾਹੋਗੇ ਮਨਾ ਤਾਂ ਕੀਤਾ ਨਹੀਂ ਮਤਲਬ ਉਲਟਾ ਉਹਨਾਂ ਨੂੰ ਮੋਟੀਵੇਟ ਕੀਤਾ ਵੀ ਤੁਸੀਂ ਜਾਓ ਜੀ ਕਿਉਂਕਿ 9 to 9 ਨੇ ਇੱਕ ਮੌਕਾ ਦਿੱਤਾ ਤੁਹਾਨੂੰ ਵੀ ਕਿਚਨ 'ਚੋਂ ਬਾਹਰ ਆ ਕੇ ਮਾਡਲਿੰਗ ਵਾਸਤੇ ਆਪਦਾ ਟੈਲੈਂਟ ਦਿਖਾਉਣ ਦਾ ਮੌਕਾ ਦਿੱਤਾ ਆਫਟਰ ਮੈਰਿਜ ਲੇਡੀਜ਼ ਨਹੀਂ ਜਾ ਸਕਦੀਆਂ ਜਾਂ ਕੁਛ ਸਾਨੂੰ ਇੰਟਰਸਟ ਨਹੀਂ ਹੁੰਦਾ ਜਾਂ ਕੁਛ ਫੈਮਿਲੀ ਨਹੀਂ ਅਲਾਓ ਕਰਦੀਆਂ ਲੇਕਿਨ ਇਹ ਮੌਕਾ ਮਿਲਿਆ ਤਾਂ ਬਹੁਤ ਅੱਛਾ ਗੱਲ ਹੈ ਸੋ ਬੜਾ ਸੋਹਣਾ ਮੈਸੇਜ ਦਿੱਤਾ ਸਰ ਨੇ ਕਿ ਜਿੰਨੀਆਂ ਵੀ ਆਪਣੀਆਂ ਪਾਰਟੀਸਪੇਟਡ ਨੇ ਸੋ ਉਹਨਾਂ ਦੇ ਹੱਕ ਨੂੰ ਉਹਨਾਂ ਨੂੰ ਮੋਟੀਵੇਟ ਕਰਨਾ ਚਾਹੀਦਾ ਔਰ ਜਿਹੜੀਆਂ ਫੇਮਸ ਇੱਥੇ ਨਹੀਂ ਆ ਸਕੀਆਂ ਉਹਨਾਂ ਨੂੰ ਵੀ ਨੈਕਸਟ ਟਾਈਮ ਇੱਥੇ ਆਉਣਾ ਚਾਹੀਦਾ ਇਸ ਪਲੇਟਫਾਰਮ ਦੇ ਉੱਪਰ ਥੈਂਕ ਯੂ ਸੋ ਮੱਚ ਮੈਮ ਸੋ ਆਓ ਚੱਲਦੇ ਹਾਂ ਜੀ ਇੱਕ ਹੋਰ ਖੂਬਸੂਰਤ ਕਪਲ ਦੇ ਕੋਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਮੈਮ ਮੈਮ ਤੁਹਾਡਾ ਗੁੱਡ ਨੇਮ ਖੁਸ਼ਬੂ ਜਿੰਦਲ ਜੀ
ਚਲਦੇ ਹਾਂ ਇੱਕ ਹੋਰ ਪਾਰਟੀਸਪੇਟਰ ਖੋਲੇ, ਦੇਖਦੇ ਹਾਂ ਉਹਨਾਂ ਦੇ ਅੰਦਰ ਕਿੰਨਾ ਕੁ ਉਤਸ਼ਾਹ ਹੈ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਮੈਮ। ਮੈਮ ਤੁਹਾਡਾ ਸ਼ੁਭ ਨਾਮ? ਨੇਹਾ ਕਾਂਸਰ। ਨੇਹਾ ਜੀ, ਨੇਹਾ ਜੀ ਤੁਹਾਡੇ ਨਾਲ ਅੱਜ ਕੌਣ ਆਇਆ? ਨੇਹਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ, ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ? ਅੱਜ ਕੱਲ੍ਹ ਦੀ ਜੋ ਕੁੜੀਆਂ ਆਫਟਰ ਮੈਰਿਜ ਠੀਕ ਹੈ ਘਰ ਦੇ ਵਿੱਚ ਉਲਝ ਕੇ ਰਹਿ ਜਾਂਦੀ ਹੈ, ਕਿਚਨ ਦੇ ਵਿੱਚ ਆਪਣੇ ਉਲਝ ਕੇ ਰਹਿ ਜਾਂਦੀ ਹੈ, ਸੋ ਇਹਨਾਂ ਨੇ ਪਾਰਟੀਸਪੇਟ ਕੀਤਾ, ਮੈਨੂੰ ਵੀ ਬਹੁਤ ਅੱਛਾ ਲੱਗਿਆ ਇੱਥੇ ਆ ਕੇ ਪਰਫੋਰਮ ਕਰ ਰਹੇ ਹੈਗੇ ਅਤੇ ਬਾਕੀ ਕੁੜੀਆਂ ਜਿਹੜੀਆਂ ਪਾਰਟੀਸਪੇਟ ਵੀ ਕਰ ਸਕੀਆਂ, ਸੋ ਉਹਨਾਂ ਲਈ ਇੱਕ ਮੈਸੇਜ ਹੈ ਕਿ ਉਹ ਵੀ ਪਾਰਟੀਸਪੇਟ ਕਰਨ, ਆਪਣੀ ਟੈਲੈਂਟ ਨੂੰ ਇੱਥੇ ਆ ਕੇ ਸ਼ੋਅ ਕਰਨ, ਠੀਕ ਹੈ, ਤਾਂ ਕਿ ਉਹ ਘਰ ਦੀ ਲਾਈਫ 'ਚੋਂ ਬਾਹਰ ਨਿਕਲ ਕੇ ਆਪਣਾ ਟੈਲੈਂਟ ਦਿਖਾ ਸਕਣ। ਬਹੁਤ ਸੋਹਣਾ ਸੁਨੇਹਾ ਦਿੱਤਾ ਜੀ ਸਰ ਨੇ, ਔਰ ਥੈਂਕ ਯੂ ਸੋ ਮੱਚ ਮੈਮ। ਸਤਿ ਸ਼੍ਰੀ ਅਕਾਲ ਮੈਮ। ਮੈਮ ਤੁਹਾਡਾ ਸ਼ੁਭ ਨਾਮ? ਮੈਮ ਜਸਦੀਪ ਕੌਰ। ਜਸਦੀਪ ਕੌਰ ਜੀ, ਜਸਦੀਪ ਜੀ ਅੱਜ ਤੁਹਾਡੇ ਨਾਲ ਕੌਣ ਆਇਆ ਹੋਇਆ? ਮੈਮ ਮੇਰੇ ਮਦਰ ਇਨ ਲਾਅ, ਮੇਰੇ ਹਸਬੈਂਡ ਅਤੇ ਮੇਰੀ ਬੇਟੀ ਇਕੱਠੇ, ਮਤਲਬ ਪੂਰਾ ਪਰਿਵਾਰ ਅੱਜ ਇਸ ਪਲੇਟਫਾਰਮ 'ਤੇ ਪਹੁੰਚਿਆ ਹੋਇਆ। ਸੋ ਤੁਹਾਡੇ ਹਸਬੈਂਡ ਨਾਲ ਗੱਲ ਕਰਦੇ ਹਾਂ? ਹਾਂਜੀ। ਸਤਿ ਸ਼੍ਰੀ ਅਕਾਲ ਸਰ। ਸਰ ਤੁਹਾਡਾ ਸ਼ੁਭ ਨਾਮ? ਜਤਿੰਦਰ ਜੀ। ਜਤਿੰਦਰ ਸਰ, ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਡੇ ਵਾਈਫ ਅੱਜ ਇੰਨੇ ਵਧੀਆ ਪਲੇਟਫਾਰਮ 'ਤੇ ਪਰਫਾਰਮ ਕਰਨ ਜਾ ਰਹੇ ਨੇ, ਤਾਂ ਤੁਹਾਨੂੰ ਕਿੱਦਾਂ ਦਾ ਮਾਣ ਮਹਿਸੂਸ ਹੋ ਰਿਹਾ? ਬਹੁਤ ਵਧੀਆ ਮਾਣ ਮਹਿਸੂਸ ਹੋ ਰਿਹਾ ਜੀ, ਜਿਵੇਂ ਕਿ ਸਨੇਹਾ ਸਰ ਨੇ ਦੱਸਿਆ ਕਿ ਕੋਈ ਲਾਈਫ ਰਹਿ ਜਾਂਦੀ ਹੈ ਵਾਈਫ ਦੀ ਆਫਟਰ ਮੈਰਿਜ, ਜਿਵੇਂ ਕਿ ਰੋਟੀ ਪਾਣੀ ਬਸ ਇੱਥੇ ਦਾ ਕੀ ਸੀਮਤ ਹੋ ਕੇ ਰਹਿ ਜਾਂਦੀਆਂ ਨੇ, ਅੱਜ ਦੇਖਿਆ ਕਿ ਪਲੇਟਫਾਰਮ ਉਹ ਬਹੁਤ ਵਧੀਆ ਦਿੰਦੇ ਨੇ ਜੀ, ਬਿਜ਼ਨਸ ਪੰਜਾਬ ਨੇ ਦਿੱਤਾ ਤਾਂ ਜੋ ਇਹਨਾਂ ਨੂੰ ਅੱਗੇ ਆ ਕੇ ਟੈਲੈਂਟ ਦਿਖਾਉਣ ਦਾ ਮੌਕਾ ਮਿਲ ਰਿਹਾ ਜੀ। ਥੈਂਕ ਯੂ ਸੋ ਮਚ ਸਰ। ਮੈਮ ਤੁਹਾਡੇ ਤੋਂ ਇੱਕ ਹੋਰ ਗੱਲ ਪੁੱਛਣਾ ਚਾਹੁੰਦੇ ਹਾਂ, ਜਿਸਦਾ ਤੁਹਾਡੇ ਅੱਜ ਮਦਰ ਇਨ ਲਾਅ ਤੁਹਾਡੇ ਨਾਲ ਆਏ ਹੋਏ ਨੇ, ਤਾਂ ਘਰ ਦੇ ਵਿੱਚ ਜਿਸ ਨੂੰ ਸੱਸ ਦੀ ਲੜਾਈ ਹੁੰਦੀ ਆ, ਤਾਂ ਤੁਹਾਡੀ ਵੀ ਹੁੰਦੀ ਹੈ ਜੀ? ਮੈਮ ਦੇਖੋ, ਨੂੰ ਸੱਸ ਲੜੀਆਂ ਅਤੇ ਇੱਕੋ ਚੌਂਕੇ ਚੜੀਆਂ ਤਾਂ ਕਾਮਨ ਜੀ ਗੱਲ ਹੈ, ਜਿੱਥੇ ਦੋ ਭਾਂਡੇ ਹੋਣਗੇ ਉੱਥੇ ਖੜ ਖੜ ਕੇ ਨਹੀਂ ਵੀ, ਬਟ ਮੈਮ ਮੇਰਾ ਅਤੇ ਮਦਰ ਇਨ ਲਾਅ ਦਾ ਸਾਡਾ ਪਿਆਰ ਬਹੁਤ ਹੈ, ਜੇ ਪਿਆਰ ਹੈ ਤਾਂ ਹੀ ਮੈਂ ਅੱਜ ਇੱਥੇ ਪਹੁੰਚੀ ਹਾਂ, ਨਹੀਂ ਤਾਂ ਮੈਂ ਪਹੁੰਚ ਨਹੀਂ ਸੀ ਸਕਦੀ ਇਹਨਾਂ ਦੀ ਸਪੋਰਟ ਤੋਂ ਬਿਨਾਂ। ਸੋ ਥੈਂਕ ਯੂ ਸੋ ਮੱਚ ਮੈਮ ਤੁਹਾਡਾ, ਐਂਡ ਥੈਂਕ ਯੂ ਸੋ ਮੱਚ ਸਰ ਤੁਹਾਡਾ ਵੀ, ਐਂਡ ਥੈਂਕ ਯੂ ਸੋ ਮੱਚ ਮੈਮ ਤੁਹਾਡਾ ਵੀ, ਕਿ ਤੁਸੀਂ ਆਪਣੀ ਨੂੰਹ ਰਾਣੀ ਨੂੰ ਇਸ ਪਲੇਟਫਾਰਮ 'ਤੇ ਆਉਣ ਲਈ ਤੁਸੀਂ ਉਹਨਾਂ ਦਾ ਉਤਸ਼ਾਹ ਵਧਾਇਆ। ਥੈਂਕ ਯੂ ਸੋ ਮੱਚ। ਥੈਂਕ ਯੂ ਮੈਮ। ਤੁਹਾਡਾ ਸ਼ੁਭ ਨਾਮ? ਅਮਨਦੀਪ ਕੌਰ ਜੀ। ਅਮਨਦੀਪ ਜੀ, ਤੁਸੀਂ ਕੀ ਕਰਦੇ ਹੋ? ਮੈਂ ਐਜ਼ ਏ ਅਸਿਸਟੈਂਟ ਪ੍ਰੋਫੈਸਰ ਕੰਮ ਕਰ ਰਹੀ ਹਾਂ ਡੀਸੀ ਇਨਕਮਸ ਬਾਦਲ ਜੀ। ਔਰ ਇਸ ਤੋਂ ਇਲਾਵਾ? ਇਸ ਤੋਂ ਇਲਾਵਾ ਹਾਊਸ ਵਾਈਫ ਮਦਰ ਜੀ। ਹਾਂਜੀ, ਤੁਸੀਂ ਆਪਣੇ ਬੱਚੇ ਬਾਰੇ ਦੱਸੋ। ਮੇਰੇ ਦੋ ਬੱਚੇ ਹਨ, ਅਰਮਾਨਪ੍ਰੀਤ ਸਿੰਘ ਅਤੇ ਅਵਰੀਤ ਕੌਰ। ਮੇਰਾ ਬੇਟਾ 8.5 ਸਾਲ ਦਾ, ਮੇਰੀ ਬੇਟੀ 2 ਸਾਲ ਦੀ ਹੈ ਜੀ। ਸੋ ਮੈਮ ਅੱਜ ਤੁਹਾਡੇ ਨਾਲ ਇੱਥੇ ਕੋਈ ਆਇਆ? ਨਹੀਂ, ਅੱਜ ਮੈਂ ਇਕੱਲੀ ਆਈ ਹਾਂ, ਬਿਕੋਜ਼ ਮੇਰੇ ਮਦਰ ਇਨ ਲਾਅ ਠੀਕ ਨਹੀਂ ਸੀ, ਮੇਰੇ ਹਸਬੈਂਡ ਨੂੰ ਬਾਹਰ ਜਾਣਾ ਪੈ ਗਿਆ ਜੀ। ਜੀ ਪਿੱਛੇ ਵੀ ਬੜੇ ਸਾਰੇ ਸਾਡੇ ਪਾਰਟੀਸਪੇਟਰ ਬੈਠੇ ਨੇ, ਉਹ ਵੇਟ ਕਰ ਰਹੇ ਨੇ, ਆਓ ਜੀ ਉਹਨਾਂ ਕੋਲ ਵੀ ਚੱਲਦੇ। ਆਓ ਜੀ, ਹੁਣ ਇੱਕ ਹੋਰ ਗੱਲ ਕਰਦੇ ਹਾਂ ਇੱਕ ਸੋਹਣੀ ਜੀ ਮੁਟਿਆਰ ਦੇ ਨਾਲ। ਸਤਿ ਸ਼੍ਰੀ ਅਕਾਲ ਮੈਮ। ਮੈਮ ਤੁਹਾਡਾ ਸ਼ੁਭ ਨਾਮ? ਮੇਰਾ ਨਾਮ ਰਜੀਤ ਕੌਰ ਹੈ ਅਤੇ ਮੈਂ ਸ਼ਹਿਰ ਮੁਕਤਸਰ ਦੀ ਰਹਿਣ ਵਾਲੀ ਹਾਂ। ਮੇਰੇ ਨਾਲ ਮੇਰੀ ਮਦਰ ਇਨ ਲਾਅ ਅਤੇ ਐਂਡ ਸਿਸਟਰ ਇਨ ਲਾਅ ਨੇ, ਮੈਂ ਬਹੁਤ ਖੁਸ਼ ਹਾਂ ਇਸ ਪਲੇਟਫਾਰਮ 'ਤੇ ਆ ਕੇ, ਤਾਂ ਕਿ ਮੈਂ ਆਪਣਾ ਟੈਲੈਂਟ ਸ਼ੋ ਕਰ ਸਕਾਂ ਜੀ। ਮੈਮ ਤੁਸੀਂ ਫਸਟ ਟਾਈਮ ਆਏ ਹੋ? ਹਾਂਜੀ ਮੈਮ, ਫਸਟ ਟਾਈਮ। ਪਹਿਲਾਂ ਕਦੇ ਪਰਫੋਰਮ ਕੀਤਾ? ਕਦੇ? ਨੋ ਮੈਮ। ਠੀਕ ਹੈ ਜੀ। ਅੱਛਾ ਮੈਮ, ਕੋਈ ਪੰਜਾਬੀ ਬੋਲੀ ਜਿਹੜੀ ਤੁਹਾਨੂੰ ਯਾਦ ਹੋਵੇ ਤਾਂ ਤੁਸੀਂ ਪਲੀਜ਼ ਮੈਨੂੰ ਪਾ ਕੇ ਦੱਸੋ। ਵੀਰ ਮੇਰੇ ਨੇ ਜੋੜਾ ਦਿੱਤਾ, ਵੀਰ ਮੇਰੇ ਨੇ ਜੋੜਾ ਦਿੱਤਾ, ਬਾਬੋ ਨੇ ਫੁਲਕਾਰੀ ਨੀ ਜਗ ਜੀ ਬਾਬੋ, ਲੱਗੇ ਜਾਣ ਤੋਂ ਪਿਆਰੀ ਨੀ ਜਗ ਜੀ ਬਾਬੋ, ਲੱਗੇ ਜਾਣ ਤੋਂ ਪਿਆਰੀ ਨੀ ਜਗ ਜੀ ਬਾਬੋ। ਇਹ ਤੁਸੀਂ ਬੋਲੀ ਤੁਹਾਡੀ ਸਿਸਟਰ ਇਨ ਲਾਅ ਨਾਲ ਆਏ ਨੇ, ਤਾਂ ਕਰਕੇ ਤਾਂ ਨਹੀਂ ਪਾਈ? ਨਹੀਂ, ਇਦਾਂ ਦੀ ਕੋਈ ਗੱਲ ਨਹੀਂ। ਠੀਕ ਹੈ ਜੀ, ਥੈਂਕ ਯੂ ਸੋ ਮੱਚ ਮੈਮ। ਥੈਂਕ ਯੂ। ਸਤਿ ਸ਼੍ਰੀ ਅਕਾਲ ਮੈਮ। ਮੈਮ ਤੁਹਾਡਾ ਸ਼ੁਭ ਨਾਮ? ਰਾਜਪਾਲ। ਰਾਜਪਾਲ ਜੀ, ਰਾਜਪਾਲ ਜੀ ਤੁਹਾਡੇ ਨਾਲ ਅੱਜ ਕੌਣ ਆਏ ਨੇ? ਹਸਬੈਂਡ ਆਏ ਨੇ, ਜੇਠਾਣੀ ਆਏ ਨੇ। ਹਸਬੈਂਡ ਆਏ ਨੇ, ਜੇਠਾਣੀ ਜੀ ਆਏ ਨੇ, ਤੁਹਾਡੇ ਹਸਬੈਂਡ ਨੇ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਮੈਮ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਅੱਜ ਇੱਥੇ ਮਿਸਿਸ ਬਠਿੰਡਾ 2019 ਦੇ ਪਲੇਟਫਾਰਮ 'ਤੇ ਆ ਕੇ? ਬਹੁਤ ਵਧੀਆ ਲੱਗ ਰਿਹਾ ਜੀ, ਮੈਂ ਬਹੁਤ ਵਧੀਆ ਮਹਿਸੂਸ ਕਰ ਰਹੀ ਹਾਂ। ਮੈਨੂੰ ਮੇਰੇ ਹਸਬੈਂਡ ਨੇ ਮਤਲਬ ਕੀਤਾ, ਉਹਨਾਂ ਨੂੰ ਮੈਂ ਪੰਜਾਬੀ ਡਰੈਸ 'ਚ ਬਹੁਤ ਵਧੀਆ ਲੱਗ ਰਹੀ ਹਾਂ, ਇਸ ਲਈ ਉਹ ਕਹਿੰਦੇ ਤੁਸੀਂ ਪਾਰਟੀਸਪੇਟ ਕਰੋ। ਓ ਵਾਓ, ਮਤਲਬ ਤੁਹਾਡੇ ਹਸਬੈਂਡ ਨੇ ਤੁਹਾਨੂੰ ਇਨਕਰੇਜ ਕੀਤਾ, ਤੁਹਾਡਾ ਉਤਸ਼ਾਹ ਵਧਾਇਆ ਅਤੇ ਤੁਸੀਂ ਅੱਜ ਇੱਥੇ ਆਏ ਹੋ। ਮੈਮ ਤੁਸੀਂ ਆਪਣੇ ਪਰਿਵਾਰ ਬਾਰੇ ਦੱਸੋਗੇ? ਹਾਂਜੀ ਮੈਮ, ਮੇਰੇ ਇੱਕ ਬੇਟਾ ਹੈ ਜੀ, ਜੇਠਾਣੀ ਹੈਗੀ, ਜੇਠ ਨੇਗੇ, ਮਦਰ ਇਨ ਲਾਅ, ਫਾਦਰ ਇਨ ਲਾਅ, ਗ੍ਰੈਂਡ ਮਦਰ ਜੀ। ਤੋਂ ਬਹੁਤ ਵਧੀਆ ਲੱਗਿਆ ਮੈਮ ਤੁਹਾਡੇ ਨਾਲ ਗੱਲ ਕਰਕੇ, ਥੈਂਕ ਯੂ ਸੋ ਮੱਚ ਮੈਮ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਮੈਮ ਤੁਸੀਂ, ਤੁਹਾਡਾ ਸ਼ੁਭ ਨਾਮ? ਮਨਜੀਤ ਕੌਰ। ਮੈਮ ਤੁਸੀਂ ਆਪਣੇ ਬਾਰੇ ਦੱਸੋ ਪਲੀਜ਼। ਹਾਂਜੀ, ਮੈਂ ਹਾਊਸ ਵਾਈਫ ਹਾਂ, ਹਾਊਸ ਵਾਈਫ ਦੇ ਨਾਲ ਨਾਲ ਐਰੋਬਿਕਸ ਟ੍ਰੇਨਰ ਹਾਂ, ਐਂਡ ਮੈਂ ਗਾਈਡ ਕਰਦੀ ਹਾਂ ਲੇਡੀਜ਼ ਨੂੰ ਹੈਲਥ ਐਂਡ ਬਿਊਟੀ ਫਿਟਨੈਸ ਦੇ ਲਈ, ਕਿ ਖੁਦ ਨੂੰ ਕਿਵੇਂ ਫਿਟਨੈਸ ਰੱਖਿਆ ਜਾਵੇ, ਫਿਟ ਰੱਖਿਆ ਜਾਵੇ, ਅਤੇ ਨਾਲ ਮੈਂ ਆਪਣਾ ਮਤਲਬ ਹੁਣ ਟਰਾਈ ਕੀਤਾ ਕਿ ਮੈਂ ਕੁਝ
ਅੱਗੇ ਜਾ ਸਕਾਂ, ਆਪਣੇ ਲਈ ਖੁਦ ਲਈ ਕੁਛ ਕਰ ਸਕਾਂ। ਸੋ ਥੈਂਕ ਯੂ ਮੈਮ। ਇੱਕ ਗੱਲ ਪੁੱਛਣੀ ਸੀ ਛੋਟੀ ਜੀ, ਤੁਸੀਂ ਮੈਰਿਡ ਹੋ? ਹਾਂਜੀ, ਮੇਰੇ ਕੋਲ 3 ਈਅਰ ਦੀ ਬੇਟੀ ਵੀ ਹੈ। ਬਟ ਮੈਮ ਤੁਸੀਂ ਲੱਗਦੇ ਨਹੀਂ ਐਸੇ, ਲੱਗਦਾ ਜਿਸ ਤਰ੍ਹਾਂ ਤੁਸੀਂ ਗਲਤੀ ਦੇ ਨਾਲ ਮਿਸ ਬਠਿੰਡਾ 2019 ਦੇ ਵਿੱਚ ਆ ਚੁੱਕੇ ਹੁੰਦੇ ਹੋ। ਥੈਂਕ ਯੂ ਇੰਨਾ ਵੱਡਾ ਕਮੈਂਟ ਦੇਣ ਲਈ, ਥੈਂਕ ਯੂ ਸੋ ਮੱਚ। ਥੈਂਕ ਯੂ ਸੋ ਮੱਚ ਮੈਮ। ਤੋ ਸਾਡੇ ਇੱਕ ਪਾਰਟੀਸਪੇਟਡ ਨੇ ਮਿਸਿਸ ਨਵਜੀਤ ਕੌਰ, ਉਹਨਾਂ ਦੇ ਮਦਰ ਇਨ ਲਾਅ ਸਾਡੇ ਨਾਲ ਖੜੇ ਨੇ ਔਰ ਉਹ ਕੁਛ ਗੱਲਾਂ ਕਰਨਾ ਚਾਹੁੰਦੇ ਨੇ ਆਡੀਅੰਸ ਦੇ ਨਾਲ। ਹਾਂਜੀ ਮੈਮ। ਹਾਂਜੀ, ਸਭ ਤੋਂ ਪਹਿਲਾਂ ਮੈਂ ਆਪਣੀ ਇੰਟਰੋਡਕਸ਼ਨ, ਮੈਂ ਨਰਿੰਦਰ ਕੌਰ ਬਰਾੜ ਫਰੋਮ ਮੁਕਤਸਰ, ਮੈਂ ਐਜੂਕੇਸ਼ਨ ਡਿਪਾਰਟਮੈਂਟ ਤੋਂ ਰਿਟਾਇਰਡ ਹੈਡਮਿਸਟਰਸ ਹੈ, ਐੱਮ ਏ ਐੱਲ ਐੱਲ ਬੀ ਪੋਸਟ ਗ੍ਰੈਜੂਏਸ਼ਨ ਇਨ ਹਿਊਮਨ ਰਾਈਟਸ। ਮੈਂ ਸਭ ਤੋਂ ਪਹਿਲਾਂ ਇਸ ਪ੍ਰੋਗਰਾਮ ਦੇ ਔਰਗਨਾਈਜ਼ਰ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹਾਂਗੀ। ਉਸ ਤੋਂ ਬਾਅਦ ਜਿੰਨੇ ਵੀ ਇਨ ਪਾਰਟੀਸਪੈਂਟਸ ਦੇ ਹਸਬੈਂਡ ਆਏ ਹੈ, ਉਹਨਾਂ ਦੀ ਮਦਰ ਇਨ ਲਾਅਜ਼ ਆਈ ਹੈ, ਮੈਂ ਉਹਨਾਂ ਵਾਸਤੇ ਇੱਕ ਕਲੈਪਿੰਗ ਚਾਹਾਂਗੀ ਸਾਰਿਆਂ ਤੋਂ। ਮੈਂ ਸਭ ਤੋਂ ਪਹਿਲਾਂ ਇੱਕ ਗੱਲ ਕਹਿਣਾ ਚਾਹਾਂਗੀ ਕਿ ਔਰਤ ਕੀ ਚਾਹੁੰਦੀ ਹੈ, ਸਿਰਫ ਅਤੇ ਸਿਰਫ ਰਿਸਪੈਕਟ ਅਤੇ ਆਪਣੇ ਫੈਸਲੇ ਲੈਣਾ ਚਾਹੁੰਦੀ। ਉਹਨਾਂ ਦੇ ਫੈਸਲਿਆਂ ਨੂੰ ਆਜ਼ਾਦੀ ਦੇਣ ਵਾਲਿਆਂ ਨੂੰ ਅੱਜ ਬਹੁਤ ਬਹੁਤ ਵਧਾਈ ਦੇਣਾ ਚਾਹੁੰਦੀ ਹੈ। ਔਰ ਇਹਦੇ ਨਾਲ ਇੱਕ ਪਾਰਟੀਸਪੈਂਟ ਦੇ ਨਾਲ 10 ਔਰਤਾਂ ਨੂੰ ਹੋਰ ਫੈਸਲੇ ਲੈਣ ਦੀ ਆਜ਼ਾਦੀ ਮਿਲੇਗੀ। ਇਸ ਵਾਸਤੇ ਮੈਂ ਸਾਰੇ ਔਰਗਨਾਈਜ਼ਰ ਅਤੇ ਸਾਰੇ ਜਿੰਨੇ ਵੀ ਇੱਥੇ ਪਾਰਟੀਸਪੈਂਟ ਦੇ ਨਾਲ ਆਏ ਨੇ ਉਹਨਾਂ ਨੂੰ ਬਹੁਤ ਹੀ ਚੀਅਰ ਕਰਨਾ ਚਾਹਾਂਗੀ ਔਰ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਨਾ ਚਾਹਾਂਗੀ। ਸ਼ੁਕਰੀਆ। ਥੈਂਕ ਯੂ ਸੋ ਮੱਚ ਮੈਮ, ਮੈਂ ਬੜਾ ਵਧੀਆ ਸੁਨੇਹਾ ਦਿੱਤਾ ਸਾਡੇ ਇੱਕ ਸਾਡੇ ਇੱਕ ਪਾਰਟੀਸਪੇਟਡ ਦੀ ਮਦਰ ਇਨ ਲਾਅ ਨੇ। ਥੈਂਕ ਯੂ ਸੋ ਮੱਚ ਜੀ। ਆਓ ਜੀ ਮਿਲਦੇ ਹਾਂ ਇੱਕ ਹੋਰ ਖੂਬਸੂਰਤ ਪਾਰਟੀਸਪੇਟਡ ਦੇ ਨਾਲ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਮੈਮ ਤੁਹਾਡਾ ਸ਼ੁਭ ਨਾਮ? ਮੇਰਾ ਨਾਮ ਸੁਨੀਤਾ ਹੈ ਜੀ। ਸੁਨੀਤਾ ਮੈਮ, ਸੁਨੀਤਾ ਮੈਮ ਤੁਸੀਂ ਆਪਣੇ ਬਾਰੇ ਦੱਸੋ ਪਲੀਜ਼। ਮੈਂ ਬਾਬਾ ਫਰੀਦ ਜੀ ਦੀ ਪਵੰਦਰ ਦੀ ਫਰੀਦਕੋਟ ਤੋਂ ਆਈ ਹਾਂ ਜੀ। ਮੇਰੇ ਹਸਬੈਂਡ, ਮੇਰੇ ਬੱਚੇ ਦੋਨੋਂ ਨਾਲ ਆਏ ਆ ਮੇਰੇ ਨਾਲ ਮੈਨੂੰ ਸਪੋਰਟ ਕਰਨ ਲਈ। ਵੈਸੇ ਮੇਰੀ ਫੈਮਿਲੀ ਦਾ ਪੂਰਾ ਸਪੋਰਟ ਹੈ ਮੈਨੂੰ ਮਿਸਿਸ ਪੰਜਾਬ ਵਿੱਚ ਆਉਣ ਲਈ ਜੀ, ਕਿਉਂਕਿ ਮੇਰਾ ਇਹ ਬਹੁਤ ਵੱਡਾ ਡ੍ਰੀਮ ਸੀ ਕਿ ਮੈਂ ਇਹਦੇ 'ਚ ਪਾਰਟੀਸਪੇਟ ਕਰਾਂ ਜੀ। ਅੱਜ ਉਹ ਪੂਰਾ ਹੋਣ ਦਾ ਦਿਨ ਆ ਗਿਆ। ਥੈਂਕ ਯੂ ਸੋ ਮੱਚ ਮੈਮ, ਬਹੁਤ ਬਹੁਤ ਦੁਆਵਾਂ ਤੁਹਾਡੇ ਲਈ ਵੀ। ਥੈਂਕ ਯੂ ਸੋ ਮੱਚ। ਹਾਂਜੀ, ਤੁਸੀਂ ਹੁਣ ਮਿਲੇ ਸਾਡੀਆਂ ਸੋਹਣੀਆਂ ਜਿਹੀਆਂ ਮੁਟਿਆਰਾਂ ਜਿਹੜੀਆਂ ਅੱਜ ਇੱਥੇ ਮਿਸਿਸ ਬਠਿੰਡਾ 2019 ਦੇ ਪਲੇਟਫਾਰਮ 'ਤੇ ਆਈਆਂ ਨੇ। ਉਹਨਾਂ ਨੇ ਆਪਣਾ ਉਤਸ਼ਾਹ, ਆਪਣੀ ਉਮੰਗ ਜ਼ਾਹਿਰ ਕੀਤੀ, ਉਹਨਾਂ ਦੇ ਪਰਿਵਾਰ ਵੀ ਇੱਥੇ ਆਏ ਹੋਏ ਸੀ ਉਹਨਾਂ ਦਾ ਉਤਸ਼ਾਹ ਵਧਾਉਣ ਵਾਸਤੇ। ਸੋ ਆਓ ਚੱਲਦੇ ਹਾਂ ਆਡੀਸ਼ਨ ਦੀ ਤਰਫ। ਮੇਰਾ ਨਾਮ ਨਵਜੀਤ ਕੌਰ ਹੈ, ਮੈਂ ਸ਼੍ਰੀ ਮੁਕਤਸਰ ਸਾਹਿਬ ਦੀ ਰਹਿਣ ਵਾਲੀ ਹਾਂ। ਮੇਰੇ ਹਸਬੈਂਡ ਦਾ ਨਾਮ ਸਰਦਾਰ ਸ਼ਕਤੀ ਸਿੰਘ ਬਰਾੜ ਹੈ। ਮੈਂ 9 to 9 ਮੈਂ ਬਹੁਤ ਜ਼ਿਆਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਇਹ ਪਲੇਟਫਾਰਮ ਪ੍ਰੋਵਾਈਡ ਕੀਤਾ ਤਾਂ ਕਿ ਅਸੀਂ ਆਪਣਾ ਟੈਲੈਂਟ ਸ਼ੋਅ ਕਰ ਸਕੀਏ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਰਮੀਤ, ਮੈਂ ਸ਼ਹਿਰ ਮੋਗਾ ਦੀ ਰਹਿਣ ਵਾਲੀ ਹਾਂ। ਮੈਂ ਥੈਂਕਸ ਕਰਦੀ 9 to 9 ਐਂਟਰਟੇਨਮੈਂਟ ਦੀ ਪੂਰੀ ਟੀਮ ਦਾ ਜਿਨ੍ਹਾਂ ਨੇ ਸਾਨੂੰ ਕਿਚਨ ਤੋਂ ਡਾਇਰੈਕਟ ਟਾਈਮ 'ਤੇ ਆਉਣ ਦਾ ਮੌਕਾ ਦਿੱਤਾ। ਮੇਰੀ ਮੈਰਿਜ ਨੂੰ 6 ਸਾਲ ਹੋ ਚੁੱਕੀ ਹੈ, ਮੇਰਾ ਇੱਕ ਬੇਟਾ 3.5 ਸਾਲ ਦਾ। ਮੈਂ ਅੱਜ ਮਿਸਿਸ ਪੰਜਾਬ ਮਿਲਣ ਲਈ ਇਸ ਕਰਕੇ ਆਈ ਹਾਂ ਤਾਂ ਕਿ ਮੈਨੂੰ ਆਪਣਾ ਟੈਲੈਂਟ ਦਿਖਾਉਣ ਦਾ ਮੌਕਾ ਅੱਗੇ ਮਿਲੇ। ਔਰ ਮੈਨੂੰ ਡਾਂਸ ਦਾ, ਗਿੱਧੇ ਦਾ ਬਹੁਤ ਜ਼ਿਆਦਾ ਸ਼ੌਕ ਹੈ। ਥੈਂਕਸ ਕਰਦੀ ਹਾਂ 9 to 9 ਐਂਟਰਟੇਨਮੈਂਟ ਦੀ ਪੂਰੀ ਟਾਈਮ ਦਾ ਕਿ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਨੇਹਾ ਕੰਸਲ ਹੈ ਅਤੇ ਮੈਂ ਬਠਿੰਡਾ ਸ਼ਹਿਰ ਦੀ ਰਹਿਣ ਵਾਲੀ ਹਾਂ। ਮੇਰੇ ਹਸਬੈਂਡ ਦਾ ਨਾਮ ਮਿਸਟਰ ਰੋਹਿਤ ਕੰਸਲ ਹੈ ਅਤੇ ਮੈਂ ਇੱਥੇ ਆਪਣੇ ਹਸਬੈਂਡ ਦੇ ਨਾਲ ਆਈ ਹਾਂ। ਅਤੇ ਮੈਂ ਥੈਂਕਸ ਕਰਨਾ ਚਾਹੂੰਗੀ 9 to 9 ਐਂਟਰਟੇਨਮੈਂਟ ਦਾ ਅਤੇ ਪਰਮਿੰਦਰ ਸਰ ਦਾ ਜਿਨ੍ਹਾਂ ਨੇ ਸਾਨੂੰ ਇਹ ਪਲੇਟਫਾਰਮ ਦਿੱਤਾ ਕਿ ਅਸੀਂ ਇੱਥੇ ਆ ਕੇ ਆਪਣੇ ਡ੍ਰੀਮਸ ਨੂੰ ਪੂਰਾ ਕਰ ਸਕੀਏ, ਆਪਣਾ ਟੈਲੈਂਟ, ਆਪਣਾ ਪੈਸ਼ਨ ਦਿਖਾ ਸਕੀਏ। ਥੈਂਕ ਯੂ ਸੋ ਮੱਚ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਪੂਜਾ ਚੜਾਇਆ ਅਤੇ ਮੈਂ ਬਲੌਰ ਤੋਂ ਆਈ ਹਾਂ ਜੀ। ਮੇਰੇ ਨਾਲ ਹਸਬੈਂਡ ਮੇਰੇ ਆਏ ਹਾਂ ਨਾਲ, ਅਤੇ ਉਹਨਾਂ ਕਰਕੇ ਹੀ ਇਸ ਮੰਚ 'ਤੇ ਮੈਂ ਆਈ ਹਾਂ ਜੀ। ਉਹਨਾਂ ਦੀ ਬਦੌਲਤ ਮੈਂ ਇਸ ਮੰਚ 'ਤੇ ਆਈ ਹਾਂ ਅਤੇ 9 to 9 ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਹੜਾ ਕਿ ਇੰਨਾ ਵਧੀਆ ਪਲੇਟਫਾਰਮ ਉਹਨਾਂ ਨੇ ਪ੍ਰੋਵਾਈਡ ਕਰਵਾਇਆ ਹੈ ਤਾਂ ਕਿ ਅਸੀਂ ਆਪਣੇ ਸੁਪਨੇ ਸਾਕਾਰ ਕਰ ਸਕੀਏ। ਅਤੇ ਮੇਰੀ ਹੋਬੀਜ਼ ਹੈ, ਸਿੰਗਿੰਗ ਹੈ, ਡਾਂਸਿੰਗ ਹੈ ਜੀ, ਅਤੇ ਮੈਨੂੰ ਗਾਣਾ ਤਾਂ ਬਹੁਤ ਅੱਛਾ ਲੱਗਦਾ ਹੈ ਮੈਨੂੰ। ਔਰ ਮੈਂ ਐੱਮ ਏ ਬੀਐਡ ਹਾਂ ਜੀ, ਔਰ ਮੈਂ ਡਿਪਲੋਮਾ ਵੀ ਕਰ ਰਹੀ ਹਾਂ ਯੋਗਾ ਵਿੱਚ। ਅਤੇ ਮੇਰੇ 2 ਬੱਚੇ ਨੇ, ਮੇਰੀ ਉਮਰ 35 ਸਾਲ ਹੈ ਅਤੇ ਮੇਰੇ ਵਿਆਹ ਨੂੰ 11 ਸਾਲ ਹੋ ਚੁੱਕੇ ਨੇ। ਮੇਰੇ 2 ਬੱਚੇ ਹੈ ਜੀ, ਮੇਰੀ ਬੇਟੀ ਹੈ 10 ਸਾਲ ਦੀ ਅਤੇ ਮੇਰਾ ਬੇਟਾ ਹੈ 5 ਸਾਲਾਂ ਦਾ। ਮੇਰੀ ਹੈਲਥ ਨੂੰ ਲੈ ਕੇ ਮੈਂ ਬਹੁਤ ਅਵੇਅਰ ਰਹਿੰਦੀ ਹਾਂ ਜੀ, ਅਤੇ ਫਿਟਨੈਸ 'ਚ ਮੇਰਾ ਬਹੁਤ ਧਿਆਨ ਰਹਿੰਦਾ। ਆਉਣ ਵਾਲੇ ਟਾਈਮ 'ਚ ਮੇਰਾ ਇਹੀ ਹੈ ਕਿ ਮੋਟੋ ਕਿ ਮੈਂ ਹੈਲਥ ਨੂੰ ਲੈ ਕੇ ਬਹੁਤ ਅਵੇਅਰ ਕਰਾਂ ਸਭੀ ਨੂੰ, ਅਤੇ ਫਿਟਨੈਸ ਦੀ ਕਲਾਸਿਸ ਦਾ ਵੀ ਮੈਂ ਜੁਆਇਨ ਕਰਵਾਉਣਾ ਚਾਹੁੰਦੀ ਹਾਂ ਸਾਰਿਆਂ ਨੂੰ। ਥੈਂਕ ਯੂ, ਥੈਂਕ ਯੂ ਸੋ ਮੱਚ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਰਾਜਪਾਲ ਕੌਰ, ਮੇਰੇ ਹਸਬੈਂਡ ਦਾ ਨੇਮ ਅਮਨਦੀਪ ਸਿੰਘ, ਮੈਂ ਬਠਿੰਡਾ ਦੀ ਰਹਿਣ ਵਾਲੀ ਹਾਂ। ਮੇਰੀ ਹੋਬੀ ਹੈ ਟੈਕਸਟਾਈਲ ਪੇਂਟਿੰਗ ਅਤੇ ਮੈਂ ਐੱਮ ਐੱਸ ਸੀ ਫੈਸ਼ਨ ਡਿਜ਼ਾਇਨਿੰਗ ਕੀਤੀ ਹੋਈ ਹੈ।
ਮੈਂ 9 to 9 ਐਂਟਰਟੇਨਮੈਂਟ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਉਹਨਾਂ ਨੇ ਸਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਜਗਮੀਤ ਕੌਰ ਸਿੱਧੂ, ਮੇਰੇ ਹਸਬੈਂਡ ਦਾ ਨਾਮ ਸਰਦਾਰ ਰਤਿੰਦਰ ਸਿੰਘ ਸਿੱਧੂ। ਅੱਜ ਇੱਥੇ ਬੜੀ ਖੁਸ਼ੀ ਹੋਈ ਆ ਕੇ ਕਿ 9 to 9 ਐਂਟਰਟੇਨਮੈਂਟ ਨੇ ਬੜੇ ਵਧੀਆ ਐਫਰਟਸ ਕੀਤੇ ਨੇ ਮੈਰਿਡ ਵੂਮੈਨ ਲਈ ਕਿ ਉਹ ਵੀ ਆਪਣਾ ਟੈਲੈਂਟ ਸ਼ੋਕੇਸ ਕਰ ਸਕਣ, ਜਿਹੜੇ ਕਿ ਵਿਆਹ ਤੋਂ ਬਾਅਦ ਅਸੀਂ ਖੁਦ ਹੀ ਸਮਝ ਲੈਂਦੇ ਹਾਂ ਕਿ ਨਾਓ ਐਵਰੀਥਿੰਗ ਇਜ਼ ਓਵਰ, ਬਟ ਨੋ, ਇੱਦਾਂ ਦੇ ਪ੍ਰੋਗਰਾਮਸ ਦੇ ਨਾਲ ਸਾਨੂੰ ਵੀ ਇੱਕ ਅੰਦਰ ਤੋਂ ਕੋਨਫੀਡੈਂਸ ਮਿਲਦਾ ਹੈ ਕਿ ਜੋ ਟੈਲੈਂਟ ਸਾਡੇ ਅੰਦਰ ਖੋ ਚੁੱਕਿਆ ਸੀ ਅਸੀਂ ਦੁਬਾਰਾ ਦਿਖਾ ਸਕਦੇ ਹਾਂ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹਰਸਿਮਰਨਜੀਤ ਕੌਰ, ਮੇਰੇ ਹਸਬੈਂਡ ਦਾ ਨਾਮ ਭਰਪੂਰ ਸਿੰਘ, ਜੋ ਕਿ ICI ਬੈਂਕ ਦੇ ਵਿੱਚ ਬਤੌਰ ਮੈਨੇਜਰ ਦੇ ਵਜੋਂ ਕੰਮ ਕਰ ਰਹੇ ਹਨ, ਅਤੇ ਮੇਰਾ 10 ਸਾਲ ਦਾ ਬੇਟਾ ਮਨਤੇਕ ਸਿੰਘ, ਅਤੇ ਮੈਂ ਐਜ਼ ਅ ਟੀਚਰ ਵਜੋਂ ਕੰਮ ਕਰ ਰਹੀ ਹਾਂ। ਮੇਰੀ ਹੋਬੀਜ਼ ਸਿੰਗਿੰਗ, ਅਤੇ ਮੇਰੇ ਹਸਬੈਂਡ ਦੇ ਨਾਲ ਡੂਇਟ ਬੋਲੀਆਂ, ਜਿਹੜਾ ਕਿ ਮੇਰਾ ਮੁੱਢਲਾ ਸ਼ੌਂਕ ਹੈ। ਅਤੇ ਮੈਂ 9 to 9 ਐਂਟਰਟੇਨਮੈਂਟ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਸਾਨੂੰ ਵਿਆਹੀਆਂ ਔਰਤਾਂ ਨੂੰ ਇੱਕ ਮੰਚ ਪ੍ਰਦਾਨ ਕੀਤਾ ਜਿੱਥੇ ਅਸੀਂ ਆਪਦੇ ਵੱਖ ਵੱਖ ਸ਼ੌਂਕ ਲੋਕਾਂ ਦੇ ਸਾਹਮਣੇ ਰੱਖ ਸਕੀਏ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਅਮਨਦੀਪ ਕੌਰ ਹੈ, ਮੇਰੇ ਹਸਬੈਂਡ ਦਾ ਨਾਮ ਰਵਿੰਦਰ ਸਿੰਘ ਪਾਣੀਆ ਹੈ, ਉਹ ਇੱਕ ਬਿਜ਼ਨਸਮੈਨ ਹਨ। ਮੈਂ ਗਿੱਦੜਵਾ ਸ਼ਹਿਰ ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ ਤੋਂ ਆਈ ਹਾਂ। ਮੇਰੇ 2 ਬੇਟੇ ਹਨ, 2 ਬੱਚੇ ਹਨ, ਅਰਮਾਨਪ੍ਰੀਤ ਸਿੰਘ ਅਤੇ ਅਮਰੀਤ ਕੌਰ, ਅਤੇ ਮੇਰੀਆਂ ਹੋਬੀਜ਼ ਨੇ ਹੱਸਣਾ, ਗਾਉਣਾ, ਨੱਚਣਾ, ਟੱਪਣਾ ਅਤੇ ਗੱਪਾਂ ਮਾਰਨੀਆਂ। ਅਤੇ ਮੈਂ 9 to 9 ਇੰਟਰਟੇਨਮੈਂਟਸ ਦਾ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਨੂੰ ਇਹੋ ਜਿਹਾ ਮੰਚ ਪ੍ਰੋਵਾਈਡ ਕੀਤਾ ਕਿ ਅਸੀਂ ਵੀ ਮੈਰਿਡ ਵਿਮੈਨ ਜਿਹੜੀਆਂ ਅੱਗੇ ਆ ਕੇ ਕੁਝ ਦੱਸ ਸਕੀਏ ਕਿ ਅਸੀਂ ਵੀ ਕਿਸੇ ਨਾਲ ਘੱਟ ਨਹੀਂ। ਧੰਨਵਾਦ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਖੁਸ਼ਬੂ ਜਿੰਦਲ ਹੈ, ਮੇਰੇ ਵਿਆਹ ਨੂੰ 5 ਸਾਲ ਹੋਏ ਨੇ, ਮੇਰੀ 4 ਸਾਲ ਦੀ ਕੁੜੀ ਹੈ, ਮੈਂ ਲੁਧਿਆਣਾ ਸ਼ਹਿਰ ਤੋਂ ਰਹਿਣ ਵਾਲੀ ਹਾਂ। ਮੈਂ 9 to 9 ਐਂਟਰਟੇਨਮੈਂਟ ਦਾ ਬਹੁਤ ਤਹਿ ਦਿਲ ਤੋਂ ਸ਼ੁਕਰੀਆ ਕਰਦੀ ਹਾਂ, ਜਿਨ੍ਹਾਂ ਨੇ ਸਾਡੀ ਵਰਗੀ ਵਿਆਹੀਆਂ ਔਰਤਾਂ ਨੂੰ ਇੱਦਾਂ ਦਾ ਮੰਚ ਦਿੱਤਾ, ਪ੍ਰੋਵਾਈਡ ਕੀਤਾ ਕਿ ਅਸੀਂ ਆਪਣਾ ਟੈਲੈਂਟ ਅੱਗੇ ਦਿਖਾ ਸਕੀਏ। ਪੰਜਾਬ ਹੈ, ਮੇਰੇ ਹਸਬੈਂਡ ਦਾ ਨਾਮ ਜਗਮੀਤ ਪੰਜਾਬ ਹੈ, ਮੇਰੀ 3 ਸਾਲ ਦੀ ਬੇਟੀ ਹੈ, 4 ਸਾਲ ਹੋ ਚੁੱਕੀ ਹੈ ਮੈਰਿਜ ਨੂੰ, ਮੈਂ ਗਿੱਦੜਵਾ ਦੀ ਰਹਿਣ ਵਾਲੀ ਹਾਂ। ਐਂਡ ਮੈਨੂੰ ਡਾਂਸਿੰਗ ਐਂਡ ਸਿੰਗਿੰਗ ਬਹੁਤ ਅੱਛੀ ਲੱਗਦੀ ਹੈ, ਐਂਡ ਮੈਂ 9 to 9 ਵਾਲਿਆਂ ਦਾ ਬਹੁਤ ਥੈਂਕਸ ਕਰਦੀ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰੇ ਵੱਲੋਂ ਸਾਰਿਆਂ ਨੂੰ, ਸਾਰੇ ਬੱਚਿਆਂ ਨੂੰ ਜਿਹਨਾਂ ਨੂੰ ਮੈਂ ਇਸ ਟਾਈਮ ਸਕੂਲ ਵਿੱਚ ਟੀਚ ਕਰ ਰਹੀ ਹਾਂ, ਉਹਨਾਂ ਦੀ ਮੈਨੂੰ ਬਹੁਤ ਸਪੋਰਟ ਹੈ। ਮੈਨੂੰ ਉਹਨਾਂ ਨੇ ਪੂਰੇ ਕੋਨਫੀਡੈਂਸ ਲਿਆ ਕਿ ਮੈਮ ਤੁਸੀਂ ਜਾ ਕੇ ਪਾਰਟੀਸਪੇਟ ਕਰੋ ਇਸ ਸ਼ੋਅ ਵਿੱਚ। ਸਭ ਤੋਂ ਜ਼ਿਆਦਾ ਮੇਰੀ ਬੇਟੀ ਦਾ ਹੀ ਮੈਨੂੰ ਸਪੋਰਟ ਹੈ, ਕਿਉਂਕਿ ਉਹ ਮੇਰੀ ਸਭ ਤੋਂ ਵੱਡੀ ਸਪੋਰਟਰ ਹੈ ਇਸ ਪ੍ਰੋਗਰਾਮ 'ਚ ਭੇਜਣ ਲਈ। ਦੂਸਰੇ ਨੰਬਰ 'ਤੇ ਮੇਰੇ ਹਸਬੈਂਡ ਮੇਰਾ ਪੂਰਾ ਸਾਥ ਦੇ ਰਹੇ ਹੈ, ਉਹ ਕਹਿ ਰਹੇ ਕਿ ਜ਼ਰੂਰ ਜਾ ਕੇ ਤੂੰ ਆਪਣੀ ਇੱਛਾਵਾਂ ਨੂੰ ਕਦੇ ਨਾ ਖਤਮ ਕਰੀ, ਤੂੰ ਜ਼ਰੂਰ ਆਪਣੇ ਚਾਹ ਇੱਛਾ ਜੋ ਵੀ ਤੇਰੇ ਅੰਦਰ ਹੈ ਤੂੰ ਉਸਨੂੰ ਪੂਰਾ ਕਰ ਅਤੇ ਆਪਣਾ ਟੈਲੈਂਟ ਅੱਗੇ ਜਾ ਕੇ ਸਟੇਜ 'ਤੇ ਸ਼ੋਅ ਕਰ। ਤਾਂ ਮੈਂ 9 to 9 ਐਂਟਰਟੇਨਮੈਂਟ ਦਾ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਇਹ ਮੌਕਾ ਬਖਸ਼ਿਆ ਅਤੇ ਮੇਰਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ।